ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਅਵਰ ਚੈਨਲ। ਸੋ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ। ਸੋ ਅੱਜ ਹੈਗਾ ਜੀ ਨਗਰ ਕੀਰਤਨ ਇਨ ਲੈਸਟਰ, ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜੋ ਗੁਰਪੁਰਬ ਹੁੰਦਾ ਉਹਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਕੱਢਿਆ ਜਾਂਦਾ। ਸੋ ਇਸ ਵਾਰ ਆਪਾਂ ਜਾ ਰਹੇ ਹਾਂ ਜੀ ਨਗਰ ਕੀਰਤਨ 'ਤੇ, ਅਤੇ ਆ ਜਾਓ ਫਿਰ ਤੁਹਾਨੂੰ ਮਿਲਦੇ ਹਾਂ ਜੀ ਨਗਰ ਕੀਰਤਨ 'ਤੇ। ਜੱਤੂ ਦੋ ਵੈਲਕਮ ਕਰਨਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ 'ਚ ਸਮੂਹ ਸੰਗਤ ਵੱਲੋਂ ਅਰਦਾਸ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹਿ ਤਹਿ ਭਏ ਸਹਾਏ ਦੇ ਮਹਾਂਵਾਕਾਂ ਅਨੁਸਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਦੀਆਂ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ, ਜਿਨ੍ਹਾਂ ਦੀ ਸੰਪਨਤਾ ਗੁਰਦੁਆਰਾ ਗੁਰੂ ਨਾਨਕ ਦੁਆਰ ਸਤਿਗੁਰੂ ਜੀ ਪਾਤਸ਼ਾਹ ਜੀ ਹੋਲੀ ਬੌਂਸ ਵਿਖੇ ਹੋਣੀ ਹੈ। ਆਪ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ। ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ। ਸਮੁੱਚੇ ਨਗਰ ਕੀਰਤਨ ਦੌਰਾਨ ਸ਼ੁੱਧ ਅਤੇ ਸਪਸ਼ਟ ਭਾਵਨਾ ਨਾਲ ਸੇਵਾ ਸਤਿਕਾਰ ਕਰਨ ਦੇ ਬਲ ਉੱਤਮ ਢੰਗ ਤਰੀਕੇ ਕਿਰਪਾ ਕਰਕੇ ਬਖਸ਼ਿਸ਼ ਕਰਨੇ। ਨਿਰਵਿਘਨਤਾ ਸਹਿਤ ਸੰਪੂਰਨਤਾ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਈਆਂ ਸੰਗਤਾਂ ਦੀਆਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੜਾ ਤੇਜ ਪੂਰੇ ਗੁਰਪੁਰਬ ਦੇ ਨਗਰ ਕੀਰਤਨ 'ਚ ਪੂਰੀਆਂ ਰੌਣਕਾਂ ਲੱਗੀਆਂ। ਤੁਸੀਂ ਦੇਖ ਸਕਦੇ ਹੋ ਇੱਥੇ ਸਾਰੇ ਸ਼ਸਤਰਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ ਜੀ ਇਸ ਪਾਸੇ। ਪੂਰੇ ਆਪਣੇ ਹਥਿਆਰ ਬਰ ਹਥਿਆਰ ਸ਼ਸਤਰ ਤੁਸੀਂ ਵੀ ਇੱਥੋਂ ਰਸਾਲੇ ਕੋਈ ਚੀਜ਼ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਜੀ। ਸ਼੍ਰੀ ਸਾਹਿਬ ਹਰ ਤਰ੍ਹਾਂ ਦਾ ਸ਼੍ਰੀ ਸਾਹਿਬ ਤੁਹਾਨੂੰ ਇੱਥੋਂ ਮਿਲ ਜਾਏਗਾ ਜੀ। ਉੱਧਰ ਵੱਡੇ ਕਿਰਪਾਨਾਂ ਵੀ ਹੈਗੀਆਂ ਜੀ, ਦਸਤਾਰ ਵਿੱਚ ਸਜਾਏ ਜਾਣ ਵਾਲੇ ਕੜੇ
ਵਾਰੀ ਆਈ ਕਦਰੇਲੇ ਦੀ। ਲੋ ਵੀ ਤੇ ਹੁਣ ਸਾਡੇ ਨਾਲ ਪ੍ਰੀਤੀ ਨੇ ਵੀ ਜੁਆਇਨ ਕੀਤਾ, ਆਈ ਆ ਸੋ ਸੁ ਕੇ ਨੀਂਦ ਪੂਰੀ ਕਰਕੇ ਫੇਰ ਸੋ ਜੀ ਲੈਸਟਰ ਵਿੱਚ ਨਗਰ ਕੀਰਤਨ ਦੋ ਵਾਰ ਨਿਕਲਦਾ ਸਾਲ ਦੇ ਵਿੱਚ, ਇੱਕ ਨਿਕਲਦਾ ਜੀ ਵਿਸਾਖੀ 'ਤੇ ਅਤੇ ਇੱਕ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨਿਕਲਦਾ ਜੀ, ਉਸ ਟਾਈਮ ਨਗਰ ਕੀਰਤਨ ਨਿਕਲਦਾ ਜੀ। ਅਤੇ ਜਦੋਂ ਵਿਸਾਖੀ 'ਤੇ ਨਿਕਲਦਾ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੂੰ ਜਾਂਦਾ ਨਗਰ ਕੀਰਤਨ, ਪਰ ਜਦੋਂ ਗੁਰੂ ਨਾਨਕ ਜੀ ਦਾ ਗੁਰਪੁਰਬ ਹੁੰਦਾ ਜੀ ਅਤੇ ਉਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ, ਮੈਨੂੰ ਲੱਗਦਾ ਮੈਂ ਉਲਟਾ ਬੋਲ ਗਿਆ, ਸੋ ਵਿਸਾਖੀ 'ਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਨਗਰ ਕੀਰਤਨ ਆਉਂਦਾ ਜੀ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਜਾਂਦਾ ਜੀ। ਸੋ ਅੱਜ ਟੈਂਪਰੇਚਰ ਤੁਸੀਂ ਦੇਖ ਰਹੇ ਹੋ ਬੱਦਲ ਛਾ ਗਏ ਹੈ ਅਤੇ 2 ਵਜੇ ਦੇ ਕਰੀਬ ਬੱਦਲ ਦਿਖਾਇਆ ਗਿਆ, ਸੋ ਮੈਂ ਵੀ ਦੇਖਦੇ ਹਾਂ, ਉਮੀਦ ਕਰਦੇ ਹਾਂ ਕਿ ਬੱਦਲ ਨਾ ਪਵੇ, ਸੰਗਤਾਂ ਦਾ ਉਤਸ਼ਾਹ ਇੱਦਾਂ ਹੀ ਬਣਿਆ ਰਹੇ। ਬਹੁਤ ਜ਼ਿਆਦਾ ਸੰਗਤ ਆਈ ਹੈ ਇਸ ਵਾਰ, ਪਿੱਛੇ ਵੀ ਹੁਣ ਤਾਂ ਕਾਫੀ, ਇੱਧਰ ਨਾਲ ਸਟੋਲਸ ਲੱਗੇ ਹੋਏ ਹੈ, ਚਾਹ ਪਕੌੜੇ ਬ੍ਰੈਡ ਪਕੌੜੇ ਹੋਰ ਬਹੁਤ ਸਾਰੀਆਂ ਆਈਟਮਾਂ ਸੰਗਤਾਂ ਨੇ ਲੰਗਰ ਵਿੱਚ ਲਗਾਈਆਂ ਹੋਈਆਂ। ਸੋ ਜੀ ਚਲਦੇ ਚਲਦੇ ਨਗਰ ਕੀਰਤਨ ਹੁਣ ਸੈਂਟ ਪੀਟਰਸ ਰੋਡ 'ਤੇ ਪਹੁੰਚ ਚੁੱਕਿਆ, ਨਗਰ ਕੀਰਤਨ ਚਲਦੇ ਚਲਦੇ ਸੈਂਟ ਪੀਟਰ ਰੋਡ ਤੋਂ ਰੇਲਵੇ ਬ੍ਰਿਜ ਵੱਲ ਨੂੰ ਜਾ ਰਿਹਾ, ਅਤੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਇੱਕ ਬਜ਼ੁਰਗ ਹੁਣੇ ਇੱਥੇ ਡਿੱਗ ਗਿਆ ਸੀਗਾ, ਜਿਹਨੂੰ ਹੁਣ ਐਂਬੂਲੈਂਸ ਵਿੱਚ ਪਾ ਰਹੇ ਹੈ, ਪਰਮਾਤਮਾ ਭਲਾ ਕਰੇ ਠੀਕ ਕਰੇ ਬਜ਼ੁਰਗ ਨੂੰ, ਤੰਦਰੁਸਤੀ ਬਖਸ਼ੇ। ਆਪਾਂ ਇਸ ਟਾਈਮ ਪਹੁੰਚ ਗਏ ਹਾਂ ਨੇੜੇ ਮਾਨ ਮੋਟਰ, ਇੱਧਰ ਡਿੱਗ ਲੱਗੇ ਹੋਏ ਨੇ ਬਾਰਾਂ ਦੇ ਨਾਲ।
ਕਾਫੀ ਜ਼ਿਆਦਾ ਅੱਗੇ ਚਲਾ ਗਿਆ ਮਤਲਬ 1 ਕਿਲੋਮੀਟਰ ਜਿੰਨਾ ਲੈਂਥ ਹੋ ਚੁੱਕੀ ਹੈ ਨਗਰ ਕੀਰਤਨ ਵਿੱਚ ਆਈ ਸੰਗਤ ਦੀ। ਸੋ ਚਲਦੇ ਚਲਦੇ ਹੁਣ ਨਗਰ ਕੀਰਤਨ ਨੀਅਰਲੀ ਟਾਊਨ ਵਿੱਚ ਐਂਟਰ ਕਰਨ ਵਾਲਾ ਤੇ ਤਾਂ ਲੰਗਰ ਦੇ ਵਿੱਚ ਖੀਰ ਚੱਲ ਰਹੀ ਹੈ ਜੀ ਗਜਰੇਲਾ। ਵਾਹ ਜੀ ਵਾਹ, ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ। ਸੋ ਫਾਈਨਲੀ ਨਗਰ ਕੀਰਤਨ ਰੇਲਵੇ ਬ੍ਰਿਜ ਕਰੋਸ ਕਰਕੇ ਟਾਊਨ ਦੇ ਵਿੱਚ ਐਂਟਰ ਹੋ ਚੁੱਕਾ ਹੈ ਜੀ। ਸੰਗਤਾਂ ਦੀ ਲਾਈਨ ਟੁੱਟੀ ਨਹੀਂ ਰਹੀ। ਵਾਹਿਗੁਰੂ ਵਾਹਿਗੁਰੂ। ਸੋ ਫਾਈਨਲੀ ਨਗਰ ਕੀਰਤਨ ਆਪਾਂ ਸਿਟੀ ਸੈਂਟਰ ਦੇ ਵਿੱਚ ਪਹੁੰਚ ਗਏ ਹਾਂ। ਲਗਭਗ 75% ਨਗਰ ਕੀਰਤਨ ਦਾ ਤੇ ਰੂਟ ਸੀ ਆਪਾਂ ਕਵਰ ਕਰ ਲਿਆ ਹੈਗਾ ਤਕਰੀਬਨ 1.5 ਘੰਟੇ ਦੇ ਵਿੱਚ। ਆਪਣੀ ਡੈਸਟੀਨੇਸ਼ਨ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ। ਇੰਜੋਏ ਕਰੋ। ਸੋ ਫਾਈਨਲੀ ਆਪਾਂ ਹੈਗੇ ਹਾਂ ਜੀ ਮਿਡਲ ਆਫ ਦਾ ਟਾਊਨ। ਸਾਹਮਣੇ ਹੈਗਾ ਕਲੋਕ ਟਾਵਰ। ਇੱਧਰ ਫ੍ਰੀ ਮਾਰਕ ਕਰੋਸ ਕਰ ਰਹੇ ਹਾਂ। ਤੁਹਾਡੇ ਬੱਚਿਆਂ ਦੇ ਖੇਡਣ ਦੇ ਲਈ ਰਾਈਡਾਂ ਵਗੈਰਾ ਲੱਗੀਆਂ ਨੇ। ਕਾਫੀ ਜ਼ਿਆਦਾ ਸੰਗਤ ਹੈ ਇੱਥੇ। ਭੀੜ ਬਹੁਤ ਜ਼ਿਆਦਾ ਹੋ ਗਈ। ਬਹੁਤ ਸਲੋਅ ਚੱਲ ਰਿਹਾ ਨਗਰ ਕੀਰਤਨ ਕਿਉਂਕਿ ਜਗ੍ਹਾ ਟਾਈਟ ਹੋ ਗਈ ਹੈ ਇੱਥੇ। ਹੁਣ
ਥੋੜਾ ਥੋੜਾ ਹਲਕਾ ਹਲਕਾ ਮੀਂਹ ਵੀ ਚਾਲੂ ਹੋ ਗਿਆ। ਤਕਰੀਬਨ 2 ਦਾ ਟਾਈਮ ਹੋ ਗਿਆ, 2 ਵਜੇ ਮੀਂਹ ਦਿਖਾਇਆ ਹੋਇਆ। ਅਰਦਾਸ ਕਰਦੇ ਆ ਕਿ ਨਾ ਪਵੇ। ਸਾਡਾ ਕਾਕਾ ਆਪਾਂ ਹੁਣ ਸਿਟੀ ਸੈਂਟਰ ਪਹੁੰਚ ਗਏ ਆ ਤੇ ਆਪਣਾ ਨਗਰ ਕੀਰਤਨ ਜਿਹੜਾ ਆ ਉਹ ਕਲੋਕ ਟਾਵਰ ਨੂੰ ਪਾਰ ਕਰ ਗਿਆ ਆ। ਆਪਣੇ ਪਿੱਛੇ ਲਾਸਟ ਲੋਰੀ ਹੈਗੀ ਹੈ ਤੇ ਨਾਲ ਪੁਲਿਸ ਫੋਰਸ ਸਿਕਿਉਰਿਟੀ ਦੇ ਲਈ ਨਗਰ ਕੀਰਤਨ ਦੀ ਸਮਾਪਤੀ ਵੱਲ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ ਸੱਚੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀ ਵਧਾਈ ਹੋਵੇ। ਫਾਈਨਲੀ ਆਪਾਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਅਤੇ ਇੱਥੇ ਹੀ ਹੋ ਰਹੀ ਹੈ ਜੀ ਨਗਰ ਕੀਰਤਨ ਦੀ ਸਮਾਪਤੀ। ਹੋਪ ਕਿ ਤੁਸੀਂ ਸਾਡਾ ਵਲੋਗ ਇੰਜੋਏ ਕੀਤਾ ਹੋਵੇ, ਦਰਸ਼ਨ ਕੀਤੇ ਹੋਣ ਨਗਰ ਕੀਰਤਨ ਦੇ। ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਸਾਡੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। Can you see that post coming through there?